ਸਟੇਟ ਇਲੈਕਸ਼ਨ ਕਮਿਸ਼ਨ ਨੇ 2019 ਲੋਕ ਸਭਾ ਚੋਣਾਂ ਲਈ ਕੁੱਲ 171 ਚੀਜ਼ਾਂ ਦੀ ਲਿਸਟ ਤਿਆਰ ਕੀਤੀ ਹੈ। 70 ਲੱਖ ਹਰ ਉਮੀਦਵਾਰ ਚੋਣ ਪ੍ਰਚਾਰ ਲਈ ਖਰਚ ਕਰ ਸਕਦਾ ਹੈ। ਇਸ ਤੋਂ ਵੱਧ ਖਰਚਾ ਨਾ ਹੋਵੇ, ਆਬਜ਼ਰਵਰ ਤੈਨਾਤ ਹੁੰਦੇ ਨੇ, ਬਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਜਾਂਦੀ ਹੈ ਤਾਂ ਕਿ ਕੋਈ ਹੇਰ ਫੇਰ ਨਾ ਕਰੇ। ਤੁਹਾਨੂੰ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਭੇਜੀ ਲਿਸਟ ਦੀਆਂ ਮੇਨ ਚੀਜ਼ਾਂ ਦੱਸ ਦਈਆਂ। ਸਭ ਤੋਂ ਪਹਿਲਾਂ ਗੱਲ ਖਾਣ ਪੀਣ ਦੀ, ਜਿੰਨਾ ਚੰਗਾ ਮੈਨਿਊ ਓਨੀ ਚੰਗੀ ਭੀੜ। ਬੇਸਣ ਦੀ ਬਰਫੀ 200 ਰੁਪਏ, ਬ੍ਰੈਡ ਪਕੌੜਾ 10 ਰੁਪਏ ਪ੍ਰਤੀ ਪੀਸ, ਛੋਲੇ ਭਟੂਰੇ 30 ਰੁਪਏ ਪਲੇਟ, ਜਲੇਬੀ 140 ਰੁਪਏ ਪ੍ਰਤੀ ਕਿਲੋ, ਮੱਠੀ 8 ਰੁਪਏ ਪੀਸ, ਪਨੀਰ ਪਕੌੜਾ 12 ਰੁਪਏ ਪ੍ਰਤੀ ਪੀਸ, ਸਮੋਸਾ 10 ਰੁਪਏ ਪ੍ਰਤੀ ਪੀਸ, ਚਾਹ 8 ਰੁਪਏ ਕੱਪ। VIP ਲਈ ਰੈਲੀ 'ਚ ਖਾਸ ਇੰਤਜ਼ਾਮ ਕਰਨੇ ਪੈਂਦੇ ਨੇ। ਸਟੇਜ 'ਤੇ ਫੁੱਲਾਂ ਦੀ ਸਜਾਵਟ 2000 ਰੁਪਏ, ਵੱਡਾ ਫੁੱਲਾਂ ਦਾ ਹਾਰ 15 ਰੁਪਏ, ਛੋਟਾ ਫੁੱਲਾਂ ਦਾ ਹਾਰ 10 ਰੁਪਏ, ਸਿਰੋਪਾ 90 ਰੁਪਏ। MP ਦੀ ਕੁਰਸੀ 'ਤੇ ਬੈਠਣ ਲਈ ਪਹਿਲਾਂ ਆਮ ਲੋਕਾਂ ਲਈ ਕੁਰਸੀਆਂ ਦਾ ਇੰਤਜ਼ਾਮ ਵੀ ਜ਼ਰੂਰੀ ਹੁੰਦਾ ਹੈ। ਪਲਾਸਟਿਕ ਦੀ ਕੁਰਸੀ 8 ਰੁਪਏ ਪ੍ਰਤੀ ਕੁਰਸੀ। ਕੋਈ VIP ਪਹੁੰਚੇ ਤਾਂ ਕੁਰਸੀ 'ਤੇ ਕਵਰ ਵੀ ਜ਼ਰੂਰੀ ਹੈ। ਕੁਰਸੀ ਕਵਰ 10 ਰੁਪਏ ਪ੍ਰਤੀ ਪੀਸ, ਸੋਫਾ ਸੈੱਟ 2 ਸੀਟਰ 300 ਰੁਪਏ। ਮਈ ਮਹੀਨੇ 'ਚ ਜਦ ਚੋਣ ਪ੍ਰਚਾਰ ਸਿਖਰਾਂ 'ਤੇ ਹੋਵੇਗਾ, ਉਦੋਂ ਸੂਰਜ ਵੋਟਰਾਂ ਨੂੰ ਪਰੇਸ਼ਾਨ ਨਾ ਕਰੇ, ਜਾਂ ਫਿਰ ਜਦ ਕੋਈ ਸਟਾਰ ਕੈਂਪੇਨਰ ਜਾਂ ਕੋਈ ਦਿੱਗਜ ਪਹੁੰਚੇਗਾ ਤਾਂ AC ਦਾ ਇੰਤਜ਼ਾਮ ਵੀ ਜ਼ਰੂਰੀ ਹੁੰਦਾ ਹੈ। AC 2000 ਰੁਪਏ ਪ੍ਰਤੀ ਦਿਨ, ਕੂਲਰ 500 ਰੁਪਏ ਪ੍ਰਤੀ ਪੀਸ, ਛੋਟਾ ਪੱਖਾ 150 ਰੁਪਏ ਪ੍ਰਤੀ ਪੀਸ, ਵੱਡਾ ਪੱਖਾ ਕੂਲਰ 200 ਰੁਪਏ ਪ੍ਰਤੀ ਪੀਸ। ਹੁਣ ਬਿਜਲੀ ਦੇ ਹਾਲ ਤਾਂ ਪਤਾ ਹੀ ਨੇ, ਨਾਲੇ ਗਰਮੀ ਆਉਂਦੇ ਘੱਟ ਜ਼ਿਆਦਾ ਵੱਧ ਜਾਂਦੇ ਨੇ, ਪਰ ਚੋਣ ਰੈਲੀਆਂ ਨਾਲ ਨੋ ਕੰਪਰੋਮਾਈਜ਼। ਬਿਨਾਂ ਡੀਜ਼ਲ ਦਾ 10 ਕਿਲੋਵਾਟ ਦਾ ਜਨਰੇਟਰ 1500 ਰੁਪਏ, ਬਿਨਾਂ ਡੀਜ਼ਲ ਦੇ 5 ਕਿਲੋਵਾਟ ਜਨਰੇਟਰ 700 ਰੁਪਏ, ਬਿਨਾਂ ਡੀਜ਼ਲ ਤੋਂ 7 ਕਿਲੋਵਾਟ ਦਾ ਜਨਰੇਟਰ 1000 ਰੁਪਏ। ਹੁਣ ਵਾਰੀ ਕਲਾ ਤੇ ਮਨੋਰੰਜਨ ਦੀ, ਜਿਸ ਬਿਨਾਂ ਰੈਲੀਆਂ ਅਧੂਰੀਆਂ ਲੱਗਦੀਆਂ ਨੇ। ਢਾਡੀ ਜੱਥਾ 3100 ਰੁਪਏ ਪ੍ਰਤੀ ਪ੍ਰੋਗਰਾਮ, ਲੋਕਲ ਸਿੰਗਰ 30,000 ਰੁਪਏ ਪ੍ਰਤੀ ਪ੍ਰੋਗਰਾਮ, ਮਸ਼ਹੂਰ ਸਿੰਗਰ 2,00,000 ਰੁਪਏ ਪ੍ਰਤੀ ਪ੍ਰੋਗਰਾਮ, ਆਰਕੈਸਟਰਾ ਦੇ ਨਾਲ DJ 12,000 ਰੁਪਏ ਪ੍ਰਤੀ ਦਿਨ, ਬਿਨਾਂ ਆਰਕੈਸਟਰਾ ਦੇ DJ 4,000 ਰੁਪਏ ਪ੍ਰਤੀ ਦਿਨ। ਹੁਣ ਜ਼ਰਾ ਰੈਲੀ ਤੇ ਪ੍ਰਚਾਰ 'ਚ ਰੰਗ ਦੀ ਗੱਲ ਕਰਦੇ ਹਾਂ। ਝੰਡੀਆਂ 9 ਰੁਪਏ ਪ੍ਰਤੀ ਪੀਸ, ਪ੍ਰਿੰਟਿੰਗ ਵਾਲੀ ਟੋਪੀ 15 ਰੁਪਏ ਪ੍ਰਤੀ ਪੀਸ। ਇਹ ਰੇਟ ਲਿਸਟ ਹੈ ਜੋ ਪੰਜਾਬ ਇਲੈਕਸ਼ਨ ਕਮਿਸ਼ਨ ਨੇ ਤਿਆਰ ਕੀਤੀ ਹੈ ਤਾਂ ਕਿ ਕੋਈ ਵੀ ਉਮੀਦਵਾਰ ਇੱਧਰ ਉੱਧਰ ਨਾ ਕਰ ਸਕੇ।